ਨਮਸਕਾਰ ਅਦਾਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੀ ਦੋਸਤ ਤੇ ਹੋਸਟ ਕਮਾਇਨੀ ਸ਼ਰਮਾ ਹਾਜ਼ਰ ਹਾਂ ਲੈ ਕੇ ਸ਼ੋਅ ਫਿਲਮੀ ਗੱਲਾਂ ਲੈਟਸ ਸਟਾਰਟ ਵਿਦ ਬਾਲੀਵੁੱਡ ਅਪਡੇਟਸ ਪਹਿਲੀ ਬਾਲੀਵੁੱਡ ਨਿਊਜ਼ ਹੈ ਜੀ ਉਹ ਹੈ ਪੰਜਾਬੀ ਫਿਲਮਾਂ ਦੇ ਫੈਨਸ ਦੇ ਲਈ ਗੁੱਡ ਨਿਊਜ਼ ਜੀ ਹਾਂ ਬਿਲਕੁਲ 2019 ਦੀ ਸੁਪਰ ਡੁਪਰ ਹਿੱਟ ਫਿਲਮ ਕਿਸਮਤ ਦਾ ਸੀਕੁਅਲ ਜੀ ਬਿਲਕੁਲ ਸਹੀ ਕਿਸਮਤ 2 ਹੋ ਚੁੱਕੀ ਹੈ ਪਲਾਨ ਐਨੀ ਵਿਰਕ ਐਂਡ ਸਰਗੁਨ ਮਹਿਤਾ ਨੇ ਸੋਸ਼ਲ ਮੀਡੀਆ ਦੇ ਫੋਟੋਜ਼ ਪੋਸਟ ਕਰਕੇ ਕੀਤਾ ਆਪਣੇ ਫੈਨਸ ਨੂੰ ਅਪਡੇਟ ਬਈ ਵਾਹ ਇਹਨੂੰ ਕਹਿੰਦੇ ਨੇ ਕਿਸਮਤ ਜਦੋਂ ਬੋਲਦਾ ਨਾ ਬੰਦੇ ਦਾ ਸਿੱਕਾ ਬੋਲਦਾ ਸਰਗੁਨ ਜਦੋਂ ਬਾਲੀਵੁੱਡ ਦੇ ਵਿੱਚ ਆਈ ਸੀ ਤੇ ਵਿਚਾਰੀ ਕਿੰਨੀ ਡਰੀ ਰਹਿੰਦੀ ਸੀ ਕਿ ਪਤਾ ਨਹੀਂ ਚੱਲਾਂਗੀ ਜਾਂ ਨਹੀਂ ਚੱਲਾਂਗੀ ਤੇ ਹੁਣ ਮੈਡਮ ਥੀਏਟਰਸ ਦੇ ਵਿੱਚ ਬਣੀ ਹੀ ਰਹਿੰਦੀ ਹੈ ਬੈਕ ਟੂ ਬੈਕ ਮੂਵੀਜ਼ ਰਿਲੀਜ਼ ਹੁੰਦੀਆਂ ਰਹਿੰਦੀਆਂ ਨੇ ਜਿੱਥੇ ਇੱਕ ਪਾਸੇ 30 ਅਗਸਤ ਨੂੰ ਉਹਨਾਂ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸੁਰਖੀ ਬਿੰਦੀ ਉੱਥੇ ਹੀ ਕਿਸਮਤ 2 ਅਨਾਊਂਸ ਹੋ ਗਈ ਹੈ ਝੱਲੇ ਦਾ ਸ਼ੂਟ ਸਟਾਰਟ ਹੋ ਚੁੱਕੀ ਹੈ ਤੇ ਉਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਲੌਂਗ ਲਾਚੀ 2 ਦੀ ਵੀ ਅਨਾਊਂਸਮੈਂਟ ਕਰ ਚੁੱਕੀ ਹੈ ਸਰਗੁਨ ਮਹਿਤਾ ਵੈਸੇ ਉਹਨਾਂ ਨੇ ਕਿਹਾ ਤੇ ਨਹੀਂ ਹੈ ਲੇਕਿਨ ਮੈਂ ਦੇਖਿਆ ਸੀ ਉਹਨਾਂ ਦੀ ਸਟੋਰੀ ਦੇ ਵਿੱਚ ਜਦੋਂ ਉਹ ਜਿਮ ਸੈਸ਼ਨ ਲਗਾ ਰਹੀ ਸੀ ਜਗਦੀਪ ਸਿੱਧੂ ਦੇ ਨਾਲ ਤੇ ਮੈਨੂੰ ਲੱਗਦਾ ਹੈ ਕਿ ਲੌਂਗ ਲਾਚੀ 2 ਜਲਦੀ ਹੀ ਅਨਾਊਂਸ ਹੋਏਗੀ ਜਿਸ ਨੂੰ ਡਾਇਰੈਕਟ ਕਰਨਗੇ ਜਗਦੀਪ ਸਿੱਧੂ ਤੇ ਲੀਡ ਰੋਲ 'ਚ ਨਜ਼ਰ ਆਏਗੀ ਸਰਗੁਨ ਮਹਿਤਾ ਸਰਗੁਨ ਮਹਿਤਾ ਐਂਡ ਵਿਨੋ ਟਿਲੋ ਸਟਾਰਰ ਅਪਕਮਿੰਗ ਫਿਲਮ ਚੱਲੇ ਦਾ ਫਸਟ ਲੁੱਕ ਹੋਇਆ ਆਊਟ ਦੋਨਾਂ ਦੀ ਕ੍ਰੇਜ਼ੀ ਲੁੱਕ ਆਡੀਅੰਸ ਨੂੰ ਕਰ ਰਹੀ ਹੈ ਕਾਫੀ ਜ਼ਿਆਦਾ ਇੰਪ੍ਰੈਸ ਵੈਸੇ ਨਾ ਇਹਨਾਂ ਦੋਨਾਂ ਦੀ ਪਹਿਲੇ ਫਿਲਮ ਆਈ ਸੀ ਕਾਲਾ ਸ਼ਾਹ ਕਾਲਾ ਉਹ 'ਚ ਵੀ ਇਹਨਾਂ ਨੇ ਰੱਜ ਕੇ ਝਲਕ ਲੈ ਰਿਹਾ ਸੀ ਪਰ ਮੈਨੂੰ ਨਾ ਇਹ ਦੋਵੇਂ ਉੱਦਾਂ ਵੀ ਝੱਲੇ ਹੀ ਲੱਗਦੇ ਨੇ ਪਰ ਮੈਨੂੰ ਲੱਗਦਾ ਪੰਜਾਬ 'ਚ ਝਲਕ ਖਲੇਰ ਕੇ ਇਹ ਦੋਨੋਂ ਇੰਨੇ ਥੱਕ ਗਏ ਕਿ ਇਹਨਾਂ ਨੇ ਪਲਾਨ ਕੀਤਾ ਕਿ ਅਸੀਂ ਬਾਹਰਲੇ ਮੁਲਕ ਜਾਵਾਂਗੇ ਉੱਥੇ ਫਿਲਮ ਸ਼ੂਟ ਕਰਾਂਗੇ ਆਈ ਮੀਨ ਝਲਕ ਲੇਰਾਂਗੇ ਤੇ ਆਡੀਅੰਸ ਨੂੰ ਕਰਾਂਗੇ ਐਂਟਰਟੇਨ ਵੈਲ ਆਲ ਦਾ ਬੈਸਟ ਟੂ ਦੀ ਟੀਮ ਚੱਲੇ ਬਾਲੀਵੁੱਡ ਦੀਆਂ ਅਰਬ ਮੁਟਿਆਰਾਂ ਕਰਨ ਜਾ ਰਹੀਆਂ ਨੇ ਸਿਲਵਰ ਸਕਰੀਨ ਤੇ ਹਿੱਟ ਜੀ ਹਾਂ ਬਿਲਕੁਲ 2nd ਅਕਤੂਬਰ ਨੂੰ ਵਾਈਟ ਹਿਲ ਪ੍ਰੋਡਕਸ਼ਨ ਦੀ ਨੈਕਸਟ ਫਿਲਮ ਆਈ ਮੀਨ ਅਰਬ ਮੁਟਿਆਰਾਂ ਹੋਣ ਜਾ ਰਹੀ ਹੈ ਰਿਲੀਜ਼ ਫਿਲਮ 'ਚ ਲੀਡ ਰੋਲ 'ਚ ਨਜ਼ਰ ਆਏਗੀ ਬਾਲੀਵੁੱਡ ਦੀ ਡੀਵਾ ਐਂਡ ਮਾਈ ਪਰਸਨਲ ਫੇਵਰੇਟ ਸੋਨਮ ਬਾਜਵਾ ਮਹਿਰੀਨ ਪੀਰਜ਼ਾਦਾ ਨਿੰਜਾ ਤੇ ਇਸ ਫਿਲਮ ਤੋਂ ਬਾਲੀਵੁੱਡ ਦੇ ਵਿੱਚ ਡੈਬਿਊ ਐਂਟਰੀ ਕਰਨ ਜਾ ਰਹੇ ਅਜੇ ਸਰਕਾਰੀਆ ਫਿਲਮ ਦੀ ਸਟੋਰੀ ਐਂਡ ਸਕਰੀਨ ਪਲੇ ਲਿਖੀ ਹੈ ਧੀਰਜ ਰਤਨ ਨੇ ਔਰ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਾਨਵ ਸ਼ਾਹ ਨੇ ਕਹਿੰਦੇ ਨੇ ਮਿਹਨਤ ਰੰਗ ਲਿਆਉਂਦੀ ਆ ਤੇ ਇਹਦਾ ਇੱਕ ਵੱਡਾ ਐਗਜ਼ਾਮਪਲ ਹੈ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਦੈਨ ਬਾਲੀਵੁੱਡ ਦੇ ਵਿੱਚ ਤੇ ਟੀਵੀ ਦੁਨੀਆ ਦੇ ਵਿੱਚ ਵੀ ਆਪਣੀ ਇੱਕ ਵੱਖਰੀ ਛਾਪ ਛੱਡੀ ਹੈ ਮਤਲਬ ਆਪਣੀ ਇੱਕ ਵੱਖਰੀ ਜਗ੍ਹਾ ਬਣਾਈ ਹੈ ਤੇ ਜਗ੍ਹਾ ਤੇ ਉਹਨਾਂ ਨੇ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਵੀ ਬਣਾਈ ਹੈ ਤੇ ਉਹਨਾਂ ਹੀ ਫੈਨਸ ਦੇ ਲਈ ਇੱਕ ਹੈ ਗੁੱਡ ਨਿਊਜ਼ ਕਿ ਜਿੱਥੇ ਉਹਨਾਂ ਦੀ ਫਿਲਮ ਅਰਜੁਨ ਪਟਿਆਲਾ ਰਿਲੀਜ਼ ਹੋਈ ਹੈ ਉੱਥੇ ਹੀ ਦਿਲਜੀਤ ਦੋਸਾਂਝ ਨੇ ਕੀਤੀ ਹੈ ਬਾਲੀਵੁੱਡ ਦੀ ਇੱਕ ਹੋਰ ਫਿਲਮ ਸਾਈਨ ਜਿਸ ਦੇ ਵਿੱਚ ਉਹਨਾਂ ਦੇ ਆਪੋਜ਼ਿਟ ਨਜ਼ਰ ਆਏਗੀ ਯਾਮੀ ਗੌਤਮ ਐਂਡ ਸ਼ਿਲਪਾ ਸ਼ੈਟੀ ਕੁੰਦਰਾ ਵੈਸੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਦਿਲਜੀਤ ਦੋਸਾਂਝ ਦੀ ਇਸ ਬਾਲੀਵੁੱਡ ਫਿਲਮ ਦੇ ਜ਼ਰੀਏ ਸ਼ਿਲਪਾ ਸ਼ੈਟੀ ਬਾਲੀਵੁੱਡ ਫਿਲਮ ਦੇ ਵਿੱਚ 12 ਸਾਲ ਤੋਂ ਬਾਅਦ ਕਮਬੈਕ ਕਰੇਗੀ ਇਹ ਫਿਲਮ ਇੱਕ ਕਾਮੇਡੀ ਫਿਲਮ ਹੋਏਗੀ ਜਿਸ ਦਾ ਟਾਈਟਲ ਹਜੇ ਤੱਕ ਡਿਸਾਈਡ ਨਹੀਂ ਹੋਇਆ ਅਜੇ ਦੇਵਗਨ ਕਰਨਗੇ ਰਣਬੀਰ ਕਪੂਰ ਐਂਡ ਦੀਪਿਕਾ ਪਾਦੂਕੋਨ ਦੇ ਪਿਆਰ ਦਾ ਪੰਚਨਾਮਾ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਦਰਅਸਲ ਪਿਆਰ ਕਾ ਪੰਚਨਾਮਾ ਐਂਡ ਸੋਨੂ ਕੇ ਟੀਟੂ ਕੀ ਸਵੀਟੀ ਦੇ ਡਾਇਰੈਕਟਰ ਲਵ ਰੰਜਨ ਬਣਾਉਣ ਜਾ ਰਹੇ ਨੇ ਇੱਕ ਫਿਲਮ ਜਿਸ ਦੇ ਵਿੱਚ ਲੀਡ 'ਚ ਨਜ਼ਰ ਆਉਣ ਵਾਲੇ ਨੇ ਦੀਪਿਕਾ ਪਾਦੂਕੋਨ ਐਂਡ ਰਣਬੀਰ ਕਪੂਰ ਵੈਸੇ ਇਹਨਾਂ ਦੇ ਫੈਨਸ ਦੇ ਲਈ ਤਾਂ ਗੁੱਡ ਨਿਊਜ਼ ਹੋ ਗਈ ਨਾ ਕਿਉਂਕਿ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਇਹਨਾਂ ਨੂੰ ਸਿਲਵਰ ਸਕਰੀਨ 'ਤੇ ਦੇਖ ਕੇ ਮਤਲਬ ਕਿ ਇਹ ਦੋਨੋਂ ਇੱਕ ਵਾਰ ਫਿਰ ਤੋਂ ਹਿੱਟ ਕਰਨਗੇ ਸਿਲਵਰ ਸਕਰੀਨ 'ਤੇ ਲੇਕਿਨ ਸੋਰਸਿਸ ਦੀ ਲੇਟੈਸਟ ਖਬਰ ਪਤਾ ਕੀ ਹੈ ਕਿ ਇਸ ਫਿਲਮ ਦੇ ਵਿੱਚ ਅਜੇ ਦੇਵਗਨ ਨਾ ਬੜੇ ਅਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੇ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਅਜੇ ਦੇਵਗਨ ਇਸ ਫਿਲਮ ਦੇ ਵਿੱਚ ਰਣਬੀਰ ਦੇ ਪਿਤਾ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਬਈ ਵਾਹ ਦੇਖਣਾ ਕਾਫੀ ਇੰਟਰਸਟਿੰਗ ਹੋਣ ਵਾਲਾ ਹੈ ਨਾ ਦੱਸ ਦੇਵਾਂ ਕਿ ਇਸ ਫਿਲਮ ਦਾ ਟਾਈਟਲ ਹਜੇ ਤੱਕ ਡਿਸਾਈਡ ਨਹੀਂ ਹੋਇਆ ਅਤੇ ਫਿਲਮ ਦਾ ਸ਼ੂਟ ਇਸ ਸਾਲ ਦੇ ਐਂਡ ਤੱਕ ਸਟਾਰਟ ਹੋਏਗਾ ਅਤੇ ਇਸ ਤੋਂ ਇਲਾਵਾ ਇਹ ਫਿਲਮ ਰਿਲੀਜ਼ ਹੋਏਗੀ 2020 ਦਸੰਬਰ ਦੇ ਵਿੱਚ ਰਿਤਿਕ ਰੋਸ਼ਨ ਨੇ ਕੀਤਾ ਸਾਫ਼ ਇਨਕਾਰ ਨਹੀਂ ਸਾਈਨ ਕੀਤੀ ਫਿਲਮ ਸੱਤੇ ਪੇ ਸੱਤਾਦਾ ਰੀਮੇਕ ਪਰ ਪਿਛਲੇ ਦਿਨੀ ਤੇ ਇਹ ਖਬਰ ਕਾਫੀ ਚਰਚਾ ਦੇ ਵਿੱਚ ਸੀ ਨਾ ਕਿ ਫਿਲਮ ਸੱਤੇ ਪੇ ਸੱਤਾ ਦੇ ਰੀਮੇਕ ਦੇ ਵਿੱਚ ਲੀਡ ਰੋਲ 'ਚ ਰਿਤਿਕ ਰੋਸ਼ਨ ਨਜ਼ਰ ਆਉਣ ਵਾਲੇ ਨੇ ਤੇ ਰਿਤਿਕ ਅਮਿਤਾਭ ਬੱਚਨ ਦਾ ਉਹੀ ਕਿਰਦਾਰ ਨਿਭਾਉਣਗੇ ਜੋ ਅਮਿਤਾਭ ਬੱਚਨ ਨੇ ਫਿਲਮ ਸੱਤੇ ਪੇ ਸੱਤਾ 'ਚ ਨਿਭਾਇਆ ਸੀ ਇਹ ਖੁਦ ਦੱਸਿਆ ਰਿਤਿਕ ਰੋਸ਼ਨ ਨੇ ਇੱਕ ਇੰਟਰਵਿਊ ਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇੱਦਾਂ ਦੀ ਕੋਈ ਵੀ ਫਿਲਮ ਸਾਈਨ ਹੀ ਨਹੀਂ ਕੀਤੀ ਹਾਲਾਂਕਿ ਉਹ ਬਹੁਤ ਵੱਡੇ ਫੈਨ ਨੇ ਅਮਿਤਾਭ ਬੱਚਨ ਦੇ ਅਤੇ ਉਹਨਾਂ ਨੂੰ ਬਹੁਤ ਵਧੀਆ ਲੱਗੇਗਾ ਜੇ ਉਹ ਅਮਿਤਾਭ ਬੱਚਨ ਦਾ ਕੋਈ ਵੀ ਕਿਰਦਾਰ ਨਿਭਾਉਂਦੇ ਨੇ ਵੈਲ ਦੇਖਣਾ ਤਾਂ ਹੁਣ ਇਹ ਹੈ ਨਾ ਕਿ ਇਸ ਫਿਲਮ ਦੇ ਵਿੱਚ ਕਟਰੀਨਾ ਦੇ ਆਪੋਜ਼ਿਟ ਕਿਹੜਾ ਹੀਰੋ ਆਉਂਦਾ ਹੈ ਨਜ਼ਰ
ਵਿੱਕੀ ਕੌਸ਼ਲ ਨੇ ਛੱਡਿਆ ਤਮਿਲ ਦੀ ਸੁਪਰ ਹਿੱਟ ਫਿਲਮ ਵੀਰਮ ਦੇ ਹਿੰਦੀ ਰੀਮੇਕ ਨੂੰ। ਦਰਅਸਲ ਫਿਲਮ ਦੇ ਪ੍ਰੋਡਿਊਸਰ ਨੇ ਸਾਜਿਦ ਨਾਦੀ ਅਡਵਾਲਾ, ਜਿਨ੍ਹਾਂ ਨੇ ਇਸ ਫਿਲਮ ਦੇ ਲਈ ਵਿੱਕੀ ਕੌਸ਼ਲ ਨੂੰ ਸਾਈਨ ਕੀਤਾ ਸੀ, ਲੇਕਿਨ ਵਿੱਕੀ ਦੇ ਕੋਲ ਇੰਨੀਆਂ ਫਿਲਮਾਂ ਨੇ ਕਿ ਉਹਨਾਂ ਕੋਲ ਡੇਟਸ ਅਵੇਲੇਬਲ ਨਹੀਂ ਹੈ। ਹਾਲਾਂਕਿ ਵਿੱਕੀ ਇਸ ਫਿਲਮ ਦੇ ਵਿੱਚ ਇੰਟਰਸਟ ਵੀ ਲੈਣ ਲੱਗ ਗਏ ਸੀ, ਲੇਕਿਨ ਹੁਣ ਡੇਟਸ ਨਾ ਹੋਣ ਕਰਕੇ ਉਹਨਾਂ ਨੂੰ ਇਹ ਫਿਲਮ ਛੱਡਣੀ ਪਈ। ਫਿਲਮ ਦਾ ਨਾ ਪਹਿਲੇ ਨਾਮ ਸੀਗਾ ਲੈਂਡ ਆਫ ਲੂੰਗੀ, ਅਤੇ ਇਹ ਫਿਲਮ ਪਹਿਲੇ ਅਕਸ਼ੇ ਕੁਮਾਰ ਨੂੰ ਵੀ ਔਫਰ ਹੋਈ ਸੀ, ਪਰ ਉੱਥੇ ਵੀ ਡੇਟਸ ਦਾ ਇਸ਼ੂ ਸੀ, ਅਤੇ ਹੁਣ ਇਸੇ ਇਸ਼ੂ ਕਰਕੇ ਵਿੱਕੀ ਕੌਸ਼ਲ ਨੂੰ ਵੀ ਇਹ ਫਿਲਮ ਛੱਡਣੀ ਪੈ ਗਈ ਹੈ। ਵੈਲ, ਦੇਖਣਾ ਰਹੇਗਾ ਕਿ ਪ੍ਰੋਡਿਊਸਰਸ ਹੁਣ ਕਿਹੜਾ ਨਵਾਂ ਚਿਹਰਾ ਲੱਭਦੇ ਨੇ ਇਸ ਫਿਲਮ ਦੇ ਲੀਡ ਰੋਲ ਲਈ। ਤਾਪਸੀ ਪੰਨੂ ਸਟਾਰਰ ਫਿਲਮ ਥੱਪੜ ਰਿਲੀਜ਼ ਹੋਏਗੀ ਅਗਲੇ ਸਾਲ ਵਿਮੈਨਸ ਡੇ ਤੇ, ਦੱਸਿਆ ਫਿਲਮ ਦਾ ਡਾਇਰੈਕਟਰ ਅਨੁਭਵ ਸਿਨਹਾ ਨੇ। ਉਹਨਾਂ ਨੇ ਦੱਸਿਆ ਕਿ ਤਾਪਸੀ ਪੰਨੂ ਇਸ ਫਿਲਮ ਦੇ ਲਈ ਪਰਫੈਕਟ ਐਂਡ ਫਿਟ ਬੈਠਦੀ ਹੈ, ਕਿਉਂਕਿ ਇਹ ਫਿਲਮ ਵਿਮੈਨ ਇੰਪਾਵਰਮੈਂਟ ਤੇ ਹੈ ਅਤੇ ਇਸ ਦੇ ਨਾਲ ਹੀ ਵਿਮੈਨਹੁੱਡ ਨੂੰ ਸਲਾਮ ਕੀਤਾ ਅਨੁਭਵ ਸਿਨਹਾ ਨੇ। ਸਮੋਕਿੰਗ ਕਰਦੀ ਪ੍ਰਿਯੰਕਾ ਚੋਪੜਾ ਨੂੰ ਸੋਸ਼ਲ ਮੀਡੀਆ ਦੇ ਯੂਜ਼ਰਸ ਵੱਲੋਂ ਕਾਫੀ ਜ਼ਿਆਦਾ ਕ੍ਰਿਟੀਸਾਈਜ਼ ਤੇ ਟ੍ਰੋਲ ਕੀਤਾ ਜਾ ਰਿਹਾ। ਹਾਏ ਹਾਏ, ਵਿਚਾਰੀ ਦਾ ਜਨਮ ਦਿਨ ਚੰਗਾ ਮਨਾਇਆ ਉਹਨੇ। ਵੈਸੇ ਇੱਕ ਗੱਲ ਤੇ ਹੈ, ਲਾਸਟ ਈਅਰ ਨਾ ਇੱਕ ਐਡ ਦੇ ਵਿੱਚ ਪ੍ਰਿਯੰਕਾ ਚੋਪੜਾ ਨੇ ਕਿਹਾ ਸੀਗਾ ਕਿ ਮੈਂ ਅਸਥਮਾ ਪੇਸ਼ੈਂਟ ਹੈ ਤੇ ਦੀਵਾਲੀ ਨੂੰ ਨਾ ਬਿਨਾਂ ਪੋਲਿਊਸ਼ਨ ਦੇ ਮਨਾਓ, ਤੇ ਹੁਣ ਆਹ ਕੀ ਆ। ਹੁਣ ਤੁਸੀਂ ਆਪੇ ਦੇਖੋ ਨਾ, ਇਹ ਫੋਟੋ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਕਾਫੀ ਜ਼ਿਆਦਾ ਵਾਇਰਲ, ਜਿਸ ਦੇ ਵਿੱਚ ਮੈਡਮ ਸਿਗਰਟ ਪੀ ਰਹੀ ਹੈ ਤੇ ਇਹਨਾਂ ਦੀ ਮੰਮੀ ਸਿਗਾਰ ਪੀ ਰਹੀ ਹੈ ਤੇ ਪਤੀ ਵੀ ਕੁਛ ਘੱਟ ਨਹੀਂ ਹੈ। ਹਾਂ, ਆਪਣਾ ਬਰਥਡੇ ਤਾਂ ਮਨਾਇਆ, ਲੇਕਿਨ ਬਰਥਡੇ ਕੀ ਮਨਾਇਆ, ਵਿਚਾਰੀ ਸਾਰੀ ਦੁਨੀਆਂ ਦੇ ਵਿੱਚ ਟ੍ਰੋਲ ਜੀ ਹੋ ਕੇ ਰਹਿ ਗਈ ਹੈ। ਸੋ ਇਸੇ ਤਰ੍ਹਾਂ ਅਸੀਂ ਤੁਹਾਨੂੰ ਕਰਦੇ ਰਵਾਂਗੇ ਅਪਡੇਟ ਐਂਡ ਐਂਟਰਟੇਨ, ਪਰ ਸਾਡੇ ਇਸ ਸ਼ੋਅ ਦਾ ਐਂਟਰਟੇਨਮੈਂਟ ਲੈਵਲ ਹੋਣ ਵਾਲਾ ਹੈ ਕਾਫੀ ਜ਼ਿਆਦਾ ਹਾਈ, ਇਸ ਕਰਕੇ ਕਿਉਂਕਿ ਅਸੀਂ ਤੁਹਾਨੂੰ ਦਿਖਾਵਾਂਗੇ ਬਾਲੀਵੁੱਡ ਦੀ ਜਬਰੀਆ ਜੋੜੀ ਦੇ ਨਾਲ ਖਾਸ ਗੱਲਬਾਤ, ਪਰ ਉਸ ਦੇ ਲਈ ਤੁਹਾਨੂੰ ਕਰਨਾ ਪਏਗਾ ਥੋੜਾ ਜਿਹਾ ਇੰਤਜ਼ਾਰ। ਉਹ ਕਹਿੰਦੇ ਨੇ ਨਾ, ਸਬਰ ਦਾ ਫਲ ਮੀਠਾ ਹੁੰਦਾ ਹੈ। ਸੋ ਸੀ ਯੂ ਆਫਟਰ ਦੀ ਬ੍ਰੇਕ। ਸੋ ਵਿਦਆਊਟ ਐਨੀ ਡਿਲੇ ਮੈਂ ਮਿਲਵਾ ਦਿੰਦੀ ਹਾਂ ਤੁਹਾਨੂੰ ਬਾਲੀਵੁੱਡ ਦੇ ਜਬਰੀਆ ਜੋੜੀ ਦੇ ਜੋੜੇ ਦੇ ਨਾਲ, ਆਈ ਮੀਨ ਪਰਿਨੀਤੀ ਐਂਡ ਸਿਧਾਰਥ ਦੇ ਨਾਲ। ਬਿਹਾਰ ਮੇ ਤੀਨ ਤਰ੍ਹਾਂ ਸੇ ਜੋੜੀਆਂ ਬਣਤੀ ਹੈ, ਹਿੰਮਤ ਵਾਲੋ ਕੀ ਅਰੇਂਜ ਜੋੜੀ, ਕਿਸਮਤ ਵਾਲੋ ਕੀ ਲਵ ਜੋੜੀ, ਔਰ ਦਹੇਜ ਕੇ ਲਾਲਚੋ ਕੀ ਜਬਰੀਆ ਜੋੜੀ। ਸਿਰਫ ਕਿਸਮਤ ਚਾਹੀਏ, ਹਿੰਮਤ ਹੈ, ਆ ਜਾ ਕੇ ਆਡੀਸ਼ਨ ਦੋ। ਪਰਿਣੀਤੀ ਚੋਪੜਾ। ਹੈਲੋ ਜੀ, ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੀ ਦੋਸਤ ਕਮਾਇਨੀ ਸ਼ਰਮਾ, ਅਤੇ ਮੇਰੇ ਨਾਲ ਹੈ ਬਾਲੀਵੁੱਡ ਦੀ ਜਬਰੀਆ ਜੋੜੀ ਜੀ, ਬਿਲਕੁਲ ਪ੍ਰੋਪਰ ਪਟੋਲਾ, ਜਿਹਦਾ ਵੱਖਰਾ ਹੈ ਸਵੈਗ, ਵੈਰੀ ਹੈਂਡਸਮ ਐਂਡ ਦਾਸ਼ਿਕ ਡੂਡ ਸਿਧਾਰਥ, ਆਈ ਮੀਨ ਸਿਡ ਨੀਤੀ, ਸਤਿ ਸ਼੍ਰੀ ਅਕਾਲ। ਸਿਡ ਨੀਤੀ, ਬਹੁਤ ਹੀ ਵਧੀਆ ਜੀ, ਵਾਹ ਵਾਹ ਵਾਹ। ਅੱਛਾ, ਪੰਜਾਬੀ 'ਚ ਅਸੀਂ ਕਹਿੰਦੇ ਹਾਂ ਹੈਲੋ, ਕਿੱਦਾਂ, ਕਿਵੇਂ ਹੋ, ਹੈ ਨਾ, ਹਿੰਦੀ 'ਚ ਕਹਿੰਦੇ ਹਾਂ ਕੈਸੇ ਹੋ, ਇੰਗਲਿਸ਼ 'ਚ ਹਾਊਜ਼ ਯੂ, ਬਿਹਾਰ ਵਾਲਾ ਸਵੈਗ ਵੀ ਆਉਣਾ ਚਾਹੀਦਾ ਨਾ। ਹਾਂ, ਨਮਸਕਾਰ, ਹਾਂ, ਕੈਸਨ ਬਾ, ਕੈਸਨ ਬਾ, ਬੜੀਆ। ਅੱਛਾ, ਫਿਲਮ ਦਾ ਟ੍ਰੇਲਰ ਅਸੀਂ ਵੇਖਿਆ ਹੈ ਨਾ, ਬਹੁਤ ਅੱਛਾ, ਕਲਰਫੁੱਲ, ਵੈਰੀ 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 ਇੰਟਰਸਟਿੰਗ, ਐਂਟਰਟੇਨਿੰਗ, ਲੇਕਿਨ ਮੈਨੂੰ ਤਾਂ ਸਭ ਤੋਂ ਵਧੀਆ ਉਹਦੇ ਵਿੱਚ ਇਹੀ ਲੱਗਿਆ, ਬਿਹਾਰੀ ਸਲੈਂਗ, ਹੈ ਨਾ, ਲੇਕਿਨ ਹਿੰਦੀ ਐਕਸੈਂਟ ਦੇ ਵਿੱਚ ਤੁਸੀਂ ਤਾਂ ਬਹੁਤ ਜ਼ਿਆਦਾ ਵਰਕਆਊਟ ਕੀਤਾ ਉਹਨੇ। ਬਿਲਕੁਲ, ਬਹੁਤ ਮਿਹਨਤ ਕਰੀ ਹਮ ਦੋਨੋਂ ਨੇ ਉਸ ਐਕਸੈਂਟ ਪੇ। ਤਕਰੀਬਨ 2 ਮਹੀਨੇ ਪਿਕਚਰ ਸੇ ਪਹਿਲੇ ਹਮਾਰੇ ਜੋ ਡਾਇਰੈਕਟਰ ਸਾਹਿਬ ਹੈ ਪ੍ਰਸ਼ਾਂਤ ਸਿੰਘ, ਉਹ ਉਸੀ ਸਟੇਟ ਸੇ ਹੈ, ਹਮਾਰੇ ਰਾਈਟਰ ਸੰਜੀਵ ਕੇ ਝਾ ਉਸੀ ਸਟੇਟ ਸੇ ਹੈ, ਤੋ ਉਨਸੇ ਵੀ ਮਦਦ ਮਿਲੀ, ਔਰ ਮੈਨੇ ਖੁਦ ਬਾਕਾਇਦਾ ਇੱਕ ਪ੍ਰਾਈਵੇਟ ਟਿਊਟਰ ਰੱਖਾ ਹੁਆ ਥਾ, ਜੋ ਇਸ ਭਾਸ਼ਾ ਮੈਂ ਮੇਰੇ ਕੋ ਜਬੀ ਵੀ ਟਾਈਮ ਮਿਲੇ ਹਮ ਪ੍ਰੈਕਟਿਸ ਕਰ ਪਾਏ, ਕਿਉਂਕਿ ਹਮ ਚਾਹਤੇ ਥੇ ਕਿ ਇਹ ਔਥੈਂਟਿਕ ਵੀ ਲਗੇ ਔਰ ਕੈਰੀਕੇਚਰ ਨਾ ਲਗੇ। ਤੋ ਆਈ ਥਿੰਕ ਫਿਲਹਾਲ ਲੋਕੋ ਨੇ ਜਬ ਟ੍ਰੇਲਰ ਦੇਖਾ ਹੈ ਤੋ ਬਹੁਤ ਪਸੰਦ ਆ ਰਹਾ ਹੈ ਉਨਕੋ, ਔਰ ਹਮ ਬੜੇ ਖੁਸ਼ ਹੈ। ਤੁਸੀਂ ਵੀ ਬੜੀ ਮਿਹਨਤ ਕੀਤੀ, ਇੱਦਾਂ ਤਾਂ ਨਹੀਂ ਹੋਇਆ ਬਾਅਦ ਵਿੱਚ ਕਿ ਜਦੋਂ ਤੁਸੀਂ ਆਪਣੇ ਕਰੈਕਟਰ ਤੋਂ ਬਾਹਰ ਆਉਂਦੇ ਸੀ ਤਾਂ ਫਿਰ ਵੀ ਇਦਾਂ ਬਹੁਤ ਆਸਾਨੀ ਸੇ ਕਰ ਲਿਆ, ਇਹਨਾਂ ਨੇ ਕੋਈ ਮਿਹਨਤ ਨਹੀਂ ਕੀਤੀ, ਬੜੀ ਆਸਾਨੀ ਸੇ ਕਰ ਲਿਆ, ਇੱਕਦਮ ਉਠੀ ਤੋ ਐਸੀ ਬੋਲਣਾ ਸ਼ੁਰੂ ਕਰ ਦਿੰਦੇ। ਸਹੀ ਗੱਲ ਹੈ ਪਰੀ? ਨਹੀਂ ਨਹੀਂ ਨਹੀਂ, ਐਸਾ ਕੁਝ ਵੀ ਨਹੀਂ ਹੈ, ਜ਼ੀਰੋ ਪ੍ਰੈਕਟਿਸ ਹੈ, ਨੈਚੁਰਲ ਪ੍ਰੈਕਟਿਸ ਬਹੁਤ ਕਮ ਕੀ, ਲੇਕਿਨ ਮੁਝੇ ਇਤਨੀ ਠੇਠ ਨਹੀਂ ਬੋਲਣੀ ਤੀ ਜਿਤਨੀ ਸਿੱਡ ਕੋ ਬੋਲਣੀ ਤੀ, ਕਿਉਂਕਿ ਮੇਰਾ ਕੈਰੇਕਟਰ ਥੋੜ੍ਹਾ ਵੈਸਟਰਨ ਇਨਫਲੂਐਂਸ, ਹਾਲੀਵੁੱਡ ਇਨਫਲੂਐਂਸ ਥਾ, ਤੋ ਜਬ ਮੈਂ ਡਾਇਰੈਕਟਰ ਕੋ ਬੋਲਤੀ ਥੀ ਕਿ ਇਸਕੋ ਥੋੜ੍ਹਾ ਔਰ ਹਮ ਲੋਗ ਨਿਊਐਂਸ ਕਰਤੇ, ਤੋ ਬੋਲਤੇ ਥੇ ਨਹੀਂ ਨਹੀਂ ਨਹੀਂ, ਆਪ ਐਸੇ ਨਹੀਂ ਬਾਤ ਕਰ ਸਕਤੀ ਹੋ, ਕਿਉਂਕਿ ਆਪ ਆਪਣੇ ਆਪ ਕੋ ਬਹੁਤ ਕੂਲ ਸਮਝਤੇ ਔਰ ਆਪਨੇ ਆਪਣੀ ਇਹ ਸਭ ਭਾਸ਼ਾ, ਤੋ ਮੁਝੇ ਉਤਨੀ ਬੋਲਣੇ ਕੋ ਮਿਲੀ ਨਹੀਂ ਜਿਤਨੀ ਸਿੱਡ ਕੋ ਮਿਲੀ, ਮੈਂ ਅਭੀ ਇਸਕੋ ਬੋਲ ਰਹੀ ਥੀ ਕਿ ਮੁਝੇ ਇੱਕ ਔਰ ਫਿਲਮ ਕਰਨੀ ਹੈ ਤਾਂਕਿ ਇਹ ਲਿੰਗੋ ਮੈਂ ਪੂਰੀ ਤਰ੍ਹਾਂ ਬੋਲ ਪਾਊਂ। ਅਰੇ ਵਾਹ, ਕਿਉਂਕਿ ਹਮ ਵਾਹ ਕੇ ਸੜਕ ਛਾਪ ਬਾਹੂਬਲੀ ਔਰ ਵਾਹ ਕੀ ਪੜ੍ਹੀ ਲਿਖੀ ਲੜਕੀ ਹੈ। ਹਾਂ,
ਅੱਛਾ ਵੈਸੇ ਇੱਕ ਗੱਲ ਦੱਸੋ, ਇਹ ਤਾਂ ਹੋ ਗਈ ਨਾ ਰੀਅਲ ਲਾਈਫ ਦੀ ਗੱਲ, ਰੀਅਲ ਲਾਈਫ 'ਚ ਹੈ ਨਾ ਤੁਸੀਂ ਇੰਨੇ ਗੁੱਡ ਲੁਕਿੰਗ ਹੋ, ਰੀਅਲ ਲਾਈਫ ਦੀ ਹਾਂ ਯੈਸ ਹਾਂ ਅੱਛਾ, ਤੇ ਇਹ ਮੈਨੂੰ ਦੱਸੋ ਵੀ ਕਦੀ ਰੀਅਲ ਲਾਈਫ 'ਚ ਇੱਦਾਂ ਹੋਇਆ ਤੁਹਾਡੇ ਨਾਲ ਕਿ ਕਿਸੇ ਬਾਰੇ ਸੁਣਿਆ ਹੋਵੇ ਕਿ ਕੁੜੀ ਭਜਾ ਕੇ ਲੈ ਗਈ ਹੈ? ਨਹੀਂ ਯਾਰ, ਮੇਰੇ ਘਰ ਮੈਂ ਐਸਾ ਕੁਛ ਨਹੀਂ ਹੋਇਆ, ਮੇਰੇ ਸਭ ਨੇ ਲਵ ਸਟੋਰੀ ਕਹਿ ਰਹਾ ਹੂੰ, ਲਵ ਸ਼ਾਦੀ ਕਰੀ ਹੈ ਯਾ ਤੋ जैसे कि हम पे कहते ना कि हम मेरे डायलॉग के पिक्चर में कि बिहार में तीन तरह से जोड़ियाँ बनती हैं, हिम्मत वालों की अरेंज जोड़ी, किस्मत वालों की लव जोड़ी और दहेज के लालचों की जबरिया जोड़ी। तो हमने सिर्फ किस्मत वाले देखे, एटलीस्ट मैंने अपने खानदान में, तो इतने हिम्मत वाले मैंने नहीं देखे। तुम्हारे खानदान में हुए किसकी अरेंज मैरिज? मेरे पेरेंट्स की हुई थी एक्चुअली अरेंज मैरिज। हाँ। तो देखिए देखो, कैन यू बिलीव, लेकिन इतनी हिम्मत मेरे में नहीं है, इतनी हिम्मत मम्मी पापा में, मैं झूठ नहीं कह सकती, मेरे में बिल्कुल हिम्मत नहीं है कोई मुझसे प्यार करे, कोई मुझे अपनाए। इट वर्क्ड आउट फॉर आपके माता पिता जी ऐसे मिले और व्हाई यू वांटिंग टू गेट मी अरेंज मुझे सिर्फ किस्मत चाहिए, मुझे सिर्फ लव जोड़ी बनानी है, मुझे अरेंज। पंजाब में हम लोग हैं, एक नंबर देंगे 24 घंटे के लिए, हम लोग यहाँ पे हैं, जितने भी लड़के हैं यहाँ पे जिनमें हिम्मत है आ जाके ऑडिशन दो। परिणीति चोपड़ा नहीं नहीं, अरे ऐसा ना कहो, JW मेरिट से बाहर, मैंने लगता है भीड़ हो जानी है बहुत। एग्जैक्टली। अच्छा ट्विटर पे ट्वीट करो सोशल मीडिया। अच्छा ये जबरिया जोड़ी किन्नी ज़बरदस्त है, ये आपां तुहाडे कोल जाणांगे इन्हां बारे, ठीक है? तुहानूं पता है कि इन्हां ने एक सब्जेक्ट दे विच 12th क्लास च स्कोर कीता सी जिन्हां जिस दे लई इन्हां नूं प्राइम मिनिस्टर वल्लों अवार्ड भी मिलिया सी। इकोनॉमिक्स अकाउंट्स इकोनॉमिक्स पर क्या फायदा अब मैं खुद की इकोनॉमिक्स हमने नहीं पढ़ी है, हमने इकोनॉमिक्स नहीं पढ़ी, यहीं खड़े वही बातें कर रहे हैं, क्या फायदा? वही मैं रोमांस कर रही हूँ सिड को, ये क्या फायदा इतनी पढ़ाई का, मैंने इतनी पढ़ाई की जिंदगी सब पे। अच्छा एक होर गैस मारना पैना तुहानू कि जदों इन्हां दे पेरेंट्स पीटीएम च जांदे सीगे ते उत्थे उन्हां नू बहुत अच्छे कॉम्प्लीमेंट्स मिलदे सी, परी लाइक कि शी इज वेरी ब्रिलियंट, शी इज वेरी स्टूडियस, लेकिन एक कंप्लेंट भी होंदी सी, ओ की हो सकदी है? बहुत रिसर्च करके आए हो। मैं क्या है, अच्छा कंप्लेंट है कि नहीं नहीं यार, इतनी बातें करती जो अभी भी नहीं गई, बहुत बातें करती थी आदत, अभी भी मैं भी कंप्लेन कर रहा हूँ, आंटी अंकल जी थोड़ा बचाओ उसको यार, कितना बोल बोलती है। मैं बहुत कम बात करती हूँ गाइस, जैसे कि आप देख सकते हैं ये सब मुझ पे आरोप लगाए जा रहे हैं। अच्छा पर इन्हां दी लाइफ च भी कोई ऐसा है जिन्होंने बहुत ज्यादा प्यार करते ने? हाँ शायद इनका जो डॉग है ऑस्कर, लेकिन ऑस्कर से मैं भी बहुत प्यार करती हूँ, ऑस्कर बहुत ही क्यूट डॉग है, जब भी मैं सिड के घर जाती हूँ तो वो बहुत प्यार देता है, तो मुझे बहुत क्यूट लगता है ऑस्कर। ओके हुन मैनू ये दसो कि तुसी जड़ा शूट किया है और जो फिल्म का मेन कॉन्सेप्ट है बिहार से है ना, उस बहुत सारे इशूज ने, मैसेजिस ने, अच्छा कलरफुल बहुत अच्छा एंटरटेनिंग कॉमेडी ट्रेलर भी वह है, लेकिन तुसी उस पर सब तो ज़्यादा इंजॉय किस चीज़ में किया? तुम तो खाने भी बहुत शौकीन हो परी। मेरी तो यही रेपूटेशन है, हम दोनों ने एक्चुअली बहुत कुछ खाया। बिल्कुल, एक जो पटना की एक डिश है लिट्टी चोखा जी, वो कैसे बनती है बताएंगे? हालांकि हमने लखनऊ में शूटिंग की है तो प्रोडक्शन को लिट्टी चोखा लाना पड़ा था हमारे लिए, क्योंकि एक सीन में हम दोनों एक डेट पे जाते हैं और हम लोग लिट्टी चोखा खाते हैं, लेकिन मैंने मेथड एक्टिंग की, मैंने रिहर्सल में भी लिट्टी चोखा खाया और टेक में भी लिट्टी चोखा खाया। थोड़ी जी लाइफ है ना मतलब ट्रेमेंडसली हैक्टिक, देन हाउ डू यू मेंटेन योर वर्कआउट रूटीन? My workout routine, this is a Sid question. This is your question? Inka workout routine mujhe nahi pata. Aap hi jawab do. I think meri life mein fitness and health meri life mein bahut late aaya. I think main bahut hi ek academic bachchi thi, to maine sports fitness ko kabhi bhi importance nahi diya, lekin aaj main us cheez ko regret karti hu. क्योंकि मुझे ऐसा लगता है कि बचपन से अगर वो डिसिप्लिन हो तो वो रियली हेल्प करता है, बट अब मैंने अपनी फिटनेस को बहुत इंपॉर्टेंस देना शुरू कर दिया है, मैं बहुत डिसिप्लिन हूँ, मैं साइना नेहवाल की ट्रेनिंग भी कर रही हूँ, तो इट्स वेरी इंपॉर्टेंट फॉर मी टू रियली लिव लाइक अ स्पोर्ट्समैन, ईट लाइक अ स्पोर्ट्समैन। बस वो आज चंडीगढ़ आए हैं, अब यहाँ मुझे ऑलरेडी खाने के ख्याल आने लगे, तो आज मुश्किल होने वाला है, बट मैं कल सुबह जाऊँगी जिम।
Sid is my motivator in the gym. वो जब मैं भाग रही होती हूँ बोला और भाग आपको चाहे वो आपका वर्कआउट हो चाहे वो आपकी डाइट हो पर मैं ज़्यादातर कॉन्सेंट्रेट करता हूँ कि चीज़ें हेल्दी क्या हैं जो आपकी सेहत के लिए आपके मूड के लिए आपके एनर्जी के लिए फ़ायदा हो क्योंकि सिर्फ ऐसा फिट दिखना और पतले हो जाना या अपने आप को स्टार्व करना वो फिटनेस नहीं होती है राइट अच्छा परी थोड़ा एक मतलब तुहानू मैं कुछ दसांगी बाकी सारा कंप्लीट उन्होंने तुसी करना है ठीक है तुसी कीनिया गई सी फैमिली ट्रिप ते वाओ ठीक है बहुत रिसर्च कर गए है ना ते ओथे की होया सी ए हुन तुसी दसो सिड नु भी आई थिंक तुहानू भी नहीं पता होना बेसिकली जब मैं बड़ी हो रही थी तो मेरे बाल बहुत छोटे थे बहुत नापसंद थे तो आई यूज्ड टू बी कंफ्यूज फॉर अ बॉय मेनी मेनी टाइम्स तो ये सिर्फ केन्या में नहीं ये दुनिया भर भी मेरे साथ ऐसा हुआ है फिर मैंने अपने बाल बढ़ाए और मैं लड़की बन गई मतलब इना दे मतलब ये सी प्रॉब्लम कि टॉम बॉयश लगते थे सो सबनों कंफ्यूजन होती थी कि कुड़ी है कि मुंडा करेक्ट एक डायलॉग मैं दवांगी तुसी बिहारी च बोल के भी खाना है तो तुसी पंजाबी च बोलना है ठीक है टेस्ट चल रहा है डायलॉग बहुत ज़्यादा फेमस है ठीक है एक चुटकी सिंदूर की कीमत तुम क्या जानो रमेश बाबू तुसी पहले बिहारी च पर ये तो लड़कियों का हीरोइन का डायलॉग है ये हीरोइन का डायलॉग है ऐसा थोड़ी डायलॉग है मुझे इतना प्रिपेयर करना पड़ेगा कि मैं अगली बार बोलूंगा इतना प्रिपेयर करूंगा मेरे को कंसंट्रेट करना है एज एन एक्टर आई नीड टू प्रिपेयर वंस परी तो अनु तो करना ही पैना दिस इज अच्छा एक क्या है एक चुटकी सिंदूर की कीमत तुम क्या जानो रमेश बाबू एक चुटकी सिंदूर की कीमत तुसी की जानोगे समथिंग लाइक दैट रमेश बाबू देखो ये वाली फिल्म नहीं है जो हमारी 2 अगस्त को रिलीज हो रही है हाँ एक और मांग एक और टेक इमोशन के साथ एक चुटकी सिंदूर दी कीमत तू की जानेगा रमेश बाबू बेटर आई डोंट नो व्हाई वी आर प्रमोटिंग अ फिल्म दैट इज ऑलरेडी सक्सेसफुल 2 अगस्त को जबरिया जोड़ी रिलीज हो रही है बिल्कुल ये डायलॉग नहीं है बट ये डायलॉग सीगा तुहाडे पंजाबी फैंस वास्ते जो पंजाबी सुनना चाहते सीगे ठीक है हुन असीं आने फिल्म ते फिल्म दे विच एक गाने वास्ते बॉलीवुड दी हर दूसरी फिल्म दे विच पंजाबी गाना सुनन नूं मिल ही जांदा है ना तुहाडी इस फिल्म दे विच भी हैगा ते तुसीं हुन प्लीज मैनूं एक ओ स्टेप टीच कर दो जो उसका बहुत ही हार्ड है मैं बड़ी कोशिश कीती सिड मेरे तो नहीं पता नहीं जिहड़ा हां सिग्नेचर ना शुक्रिया थोड़ा गया ओके इट्स किक एंड बैक ओके किक एंड बैक ओके राइट 5 6 खड़की गलत तेरे नाते सुखिया तेनु खड़की गलत तेरे नाते ए तो पहला तुसी एक होर पंजाबी गाना ते बहुत छा चुके हो किड़ा तुसी दसो इस तो पहले प्रॉपर पटोला क्या बात है तुसी ना बस मुंडा हैंग करता होना इस टाइम तुहाडी फिल्म दे विच वी दो बार तीन ए थर्ड सॉन्ग सीगा पहले दो गाने केड़े सीगे चुल और काला चश्मा चुल और काला चश्मा होर होर भी आएगा काफी गाने हो गए अब तो कौन सा केड़ा पंजाबी गाना दे खड़के ग्लासी है जबरिया जोड़ी वाकई बहुत जबरदस्त है सो एक बार तुसी कह दो फिर तो आपके फैंस नू कि ओ ए फिल्म देखन आन आई मीन ए जबरिया जोड़ी देखन जरूर आन जबरिया जोड़ी रिलीज हो रही है 2 अगस्त को सिड और मैं नरेशन में बहुत हंसे थे हमें बहुत मज़ा आया था तो हम चाहते हैं कि जब फिल्म रिलीज़ हो आपको भी उतना ही मज़ा आए आपको भी उतनी हंसी आए आई गारंटी यू विल लव द फिल्म यू विल लव द सॉन्ग्स सो सी यू गाइस ऑन 2 अगस्त तो
ਪੰਜਾਬੀ ਦੀ ਪ੍ਰੈਕਟਿਸ ਥੋੜੀ ਘੱਟ ਹੈਗੀ, ਮੈਂ ਬਸ ਇਹ ਕਹੂੰਗਾ ਜਬਰੀਆ ਜੋੜੀ 2 ਅਗਸਤ ਪਟਨਾ ਸਟਾਈਲ, ਇਹ ਜੋੜੀ ਬਣਤੀ ਕਿ ਨਹੀਂ ਬਣਤੀ ਆਪ ਉਸ ਦਿਨ ਦੇਖੀਏ ਉਸ ਫਰਾਈਡੇ ਕੋ 2 ਅਗਸਤ। ਜੀ ਬਿਲਕੁਲ, ਤੁਸੀਂ ਹੋਮ ਹੋਮ ਆ ਕੇ ਪਹੁੰਚਣਾ ਸਿਨੇਮਾ ਘਰਾਂ ਦੇ ਵਿੱਚ ਵੇਖਣ ਦੇ ਲਈ ਇਸ ਜਬਰੀਆ ਜੋੜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਲੋਕ ਸੰਗੀਤ ਦਾ ਅਨਮੋਲ ਖਜ਼ਾਨਾ ਦੇਣ ਵਾਲੀ ਪੰਜਾਬ ਦੇ ਕੋਇਲ ਸੁਰਿੰਦਰ ਕੌਰ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕਿੱਦਾਂ ਹੋਈ, ਇਹ ਕਿੱਸਾ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿੱਸਾਕਾਰ ਦੇ ਜ਼ਰੀਏ। ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਜਿਨ੍ਹਾਂ ਸਾਨੂੰ ਲੋਕ ਸੰਗੀਤ ਦਾ ਅਨਮੋਲ ਖਜ਼ਾਨਾ ਦਿੱਤਾ। ਉਹਨਾਂ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ 1943 ਵਿੱਚ ਲਾਹੌਰ ਰੇਡੀਓ ਤੋਂ ਹੋਈ ਸੀ ਅਤੇ ਉਹਨਾਂ ਪਹਿਲਾ 2 ਗਾਣਾ ਗਾਇਆ ਸੀ ਆਪਣੀ ਭੈਣ ਪ੍ਰਕਾਸ਼ ਕੌਰ ਦੇ ਨਾਲ, ਜਿਸ ਤੋਂ ਬਾਅਦ ਉਹਨਾਂ ਹਿੰਦੀ ਫਿਲਮ ਸ਼ਹੀਦ ਵਿੱਚ ਵੀ ਗੀਤ ਗਾਏ। ਪਰ ਲੋਕ ਸੰਗੀਤ ਲਈ ਪਿਆਰ ਉਹਨਾਂ ਨੂੰ ਬੰਬਈ ਤੋਂ ਵਾਪਸ ਖਿੱਚ ਲਿਆਇਆ ਅਤੇ ਦੁਨੀਆ ਨੂੰ ਮਿਲਿਆ ਲੋਕ ਸੰਗੀਤ ਦਾ ਅਮੀਰ ਵਿਰਸਾ। ਕਿੱਸਾ ਕਾਰ ਵੱਲੋਂ ਇਹ ਕਿੱਸਾ ਲੋਕ ਸੰਗੀਤ ਨਾਲ ਮੋਹਦਾ। ਕਿ ਇਸ ਹਫਤੇ ਦੀਆਂ ਲੇਟੈਸਟ ਅਪਡੇਟ, ਨੈਕਸਟ ਐਪੀਸੋਡ ਦੇ ਵਿੱਚ ਅਸੀਂ ਕਰਾਂਗੇ ਤੁਹਾਨੂੰ ਐਂਟਰਟੇਨ ਵਿਦ ਨਿਊ ਅਪਡੇਟਸ। ਉਦੋਂ ਤੱਕ ਦੇ ਲਈ ਦਿਓ ਇਜਾਜ਼ਤ, ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ। ਸਤਿ ਸ਼੍ਰੀ ਅਕਾਲ।